ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ 2024 ਲੋਕ ਸਭਾ ਚੋਣਾਂ ਇਸ ਵੇਲੇ ਪੂਰੀ ਤਰ੍ਹਾਂ ਸਿਆਸੀ ਮਾਹੌਲ ਦੇ ਵਿੱਚ ਤੱਤੀਆਂ ਹਵਾਵਾਂ ਜਿਹੜੀਆਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਦਲ ਬਦਲੀ ਦਾ ਦੌਰ ਵੀ ਲਗਾਤਾਰ ਜਾਰੀ ਹੈ। ਜੇ ਪਿਛਲੇ ਦਿਨਾਂ ਦੀ ਗੱਲ ਕਰੀਏ, ਬੀਤੇ ਦਿਨੀ ਕਰਮਜੀਤ ਚੌਧਰੀ ਸੰਤੋਖ ਸਿੰਘ ਦੇ ਧਰਮਪਤਨੀ ਕਾਂਗਰਸ ਦਾ ਪੱਲਾ ਛੁਡਾ ਕੇ ਭਾਜਪਾ ਚਲੇ ਗਏ ਸੀ ਤੇ ਅੱਜ ਮਹਿੰਦਰ ਸਿੰਘ ਕੇਪੀ ਕਾਂਗਰਸ ਦੇ ਪੰਜੇ ਤੋਂ ਆਪਣਾ ਹੱਥ ਛੁਡਾ ਕੇ ਅਕਾਲੀ ਦਲ ਦੇ ਖੇਮੇ ਦੇ ਵਿੱਚ ਜਾਣ ਲੱਗੇ ਨੇ, ਸਾਡੇ ਨਾਲ ਮੌਜੂਦ ਹੈਗੇ ਨੇ। ਗੱਲਬਾਤ ਕਰਦੇ ਕਿਵੇਂ ਮਨ ਚ ਆਇਆ, ਕੀ ਚੱਲ ਰਿਹਾ ਸੀ? ਪਹਿਲੀ ਤਾਂ ਗੱਲ ਹੈ, ਦਲ ਬਦਲੂ ਨਹੀਂ ਹੈ, ਅਸੀਂ ਹਮੇਸ਼ਾ ਕਾਂਗਰਸ ਪਾਰਟੀ ਦੇ ਵਿੱਚ ਰਹੇ ਹਾਂ। ਕਾਂਗਰਸ ਪਾਰਟੀ ਨੇ ਸਾਨੂੰ ਇੰਨਾ ਮਜਬੂਰ ਕਰ ਦਿੱਤਾ, ਕਾਂਗਰਸ ਨੇ ਆਪਣੇ ਸ਼ਟਰ ਜਿਹੜੇ ਆ ਦਰਵਾਜ਼ੇ ਸਾਡੇ ਲਈ ਬੰਦ ਕਰ ਲਏ, ਇਸ ਕਰਕੇ ਉਹਨਾਂ ਨੇ ਸਾਨੂੰ ਧੱਕੇ ਨਾਲ ਬਾਹਰ ਕੱਢਿਆ। ਅਸੀਂ ਆਪਣੀ ਉਹ ਜਿਹੜੀ ਦਲ ਬਦਲੀ ਨਹੀਂ ਕਰ ਰਹੇ, ਇੱਕ ਨੈਸ਼ਨਲ ਪਾਰਟੀ ਹੈ ਕਾਂਗਰਸ ਪਾਰਟੀ, ਉਹਦੇ ਵਿੱਚੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੋਨੇ 100-100 ਸਾਲ ਤੋਂ ਉੱਪਰ ਦੀਆਂ ਪਾਰਟੀਆਂ ਇੱਕ ਜਿਹੜੀ ਪਾਰਟੀ, ਉਹਦੇ ਵਿੱਚ ਮੈਂ ਆਪਣੇ ਆਪ ਨੂੰ ਸਮਰਪਣ ਕੀਤਾ। ਲੰਬੇ ਸਮੇਂ ਤੋਂ ਕੇਪੀ ਸਾਹਿਬ, ਲੰਬੇ ਸਮੇਂ ਤੋਂ ਕਰੀਬਨ ਕਰੀਬਨ ਤੀਜੀ ਪੀੜ੍ਹੀ ਚੱਲਦੀ ਪਈ, ਮੇਰੇ ਖਿਆਲ ਤੀਜੀ ਜਾਂ ਚੌਥੀ ਪੀੜ੍ਹੀ ਚੱਲਦੀ ਪਈ ਆ, ਕਾਰਨ ਕੀ ਰਹੇ ਨੇ, ਕਿਉਂ ਇਹ ਸਟੈਪ ਚੱਕਣਾ ਪਿਆ? ਔਰ ਦੂਸਰੀ ਗੱਲ, ਅਕਾਲੀ ਦਲ ਹੀ ਕਿਉਂ? ਅਕਾਲੀ ਦਲ ਇਸ ਕਰਕੇ ਖੇਤਰੀ ਪਾਰਟੀ ਹੈ, ਔਰ ਅਕਾਲੀ ਦਲ ਨੇ ਪੰਜਾਬ ਦੇ ਪ੍ਰਤੀ ਕੁਰਬਾਨੀਆਂ ਵੀ ਹੈ, ਔਰ ਜਿਹੜੇ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਆ ਰਹੀਆਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਅਕਾਲੀ ਦਲ ਸਮਝਦਾ, ਔਰ ਉਸ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਮੋਰਚਾਬੰਦੀ, ਧਰਨੇ, ਹਰ ਤਰੀਕੇ ਦੇ ਨਾਲ ਅਕਾਲੀ ਦਲ ਨੇ ਜਿਹੜਾ ਉਹ ਯਤਨ ਕੀਤੇ ਆ। ਔਰ ਮੈਂ ਸਮਝਦਾ ਕਿ ਇਸ ਵੇਲੇ ਪੰਜਾਬ ਨੂੰ ਇੱਕ ਲੋੜ ਹੈ ਖੇਤਰੀ ਪਾਰਟੀ ਮਜ਼ਬੂਤ ਹੋਵੇ। ਜੇ ਅਕਾਲੀ ਦਲ ਪੰਜਾਬ 'ਚ ਮਜ਼ਬੂਤ ਹੋਏਗਾ ਤੇ ਪੰਜਾਬ ਜਿਹੜਾ ਮਜ਼ਬੂਤ ਹੋਏਗਾ, ਮੇਰੀ ਇਹ ਧਾਰਨਾ। ਕੇਪੀ ਸਾਹਿਬ, ਲਗਾਤਾਰ ਕੇਪੀ ਨੂੰ ਹੀ ਅੱਖੋਂ ਪਰੋਖੇ ਕਾਂਗਰਸ ਕਿਉਂ ਕਰਦੀ ਰਹੀ ਹੈ? 14 ਦੀ ਗੱਲ ਕਰੀਏ, 19 ਦੀ ਗੱਲ ਕਰੀਏ, 22 ਦੀ ਗੱਲ ਕਰੀਏ, ਇਹ ਤਾਂ ਹੁਣ ਜਿਹੜੇ ਕਰਦੇ ਉਹਨਾਂ ਨੂੰ ਪੁੱਛੋ ਵੀ ਮੇਰੇ ਸਾਡੇ 'ਚ ਕੀ ਕਸੂਰ ਕੀ ਹੈ, ਸਾਡਾ ਕੀ, ਸਾਡੇ 'ਚ ਕੁਰਬਾਨੀਆਂ ਦੀ ਕੋਈ ਘਾਟ ਹੈ? ਨਵੇਂ ਨਵੇਂ ਬੰਦੇ ਆ ਰਹੇ ਆ, ਹੁਣ ਕਾਂਗਰਸ ਪਾਰਟੀ ਦਾ ਵੀ ਜਿਹੜਾ ਸਿਸਟਮ ਹੈ ਉਹ ਬੜਾ ਬਦਲ ਚੁੱਕਾ ਹੈ। ਕਾਂਗਰਸ ਪਾਰਟੀ ਵੀ ਚਾਹੁੰਦੀ ਹੈ ਕਿ ਸਾਨੂੰ ਉੱਦਾਂ ਦੇ ਬੰਦੇ ਆਉਣ ਜਿਹੜੇ ਕਿ ਸਾਡਾ ਜਿਹੜਾ ਸਾਡੀ ਪੂਰਤੀ ਕਰ ਸਕਣ। ਜਿਸ ਤਰੀਕੇ ਨਾਲ ਸਿਸਟਮ ਚੱਲ ਰਿਹਾ ਕਾਂਗਰਸ ਦਾ, ਚੌਰੀ ਸੰਤੋਖ ਚਲੇ ਗਏ, ਬਿੱਟੂ ਚਲੇ ਗਏ, ਤੁਸੀਂ ਵੀ ਜਾ ਰਹੇ ਹੋ, ਲੱਗਦਾ ਨਹੀਂ ਕਿਤੇ ਨਾ ਕਿਤੇ ਕਾਂਗਰਸ ਹੌਲੀ ਹੌਲੀ ਖਾਲੀ ਹੁੰਦੀ ਜਾ ਰਹੀ? ਨਹੀਂ, ਕਦੋਂ ਕਦੇ ਕੋਈ ਵੀ ਪਾਰਟੀ ਖਾਲੀ ਨਹੀਂ ਹੁੰਦੀ ਹੁੰਦੀ। ਠੀਕ ਹੈ, ਜੇ ਉਹ ਆਪਣੇ ਆਪ ਨੂੰ ਸੁਧਾਰਨਗੇ, ਕਰਨਗੇ, ਪੁਰਾਣੇ ਬੰਦਿਆਂ ਦਾ ਮਾਣ ਸਤਿਕਾਰ ਕਰਨਗੇ ਤੇ ਫਿਰ ਉਹ ਸਰਵਾਈਵ ਕਰਨਗੇ। ਜੇ ਉਹਨਾਂ ਨੇ ਇੱਦਾਂ ਹੀ ਡਿਸਰਿਸਪੈਕਟ ਕਰਨੀ ਹੈ ਫਿਰ ਮੈਂ ਸਮਝਦਾ ਕਿ ਤੁਸੀਂ ਆਪ ਸਮਝਦੇ ਹੋ ਕਿ ਬਾ ਕਿਸੇ ਦੀ ਰਿਸਪੈਕਟ ਕਰਾਂਗੇ ਤੇ ਸਾਡੀ ਕਿੰਨੀ ਕੁ ਉਹਦੇ ਵਿੱਚ ਹੋਏਗੀ। ਇਸ ਕਰਕੇ ਉਹਨਾਂ ਨੇ ਬਥੇਰਾ ਕੁਛ ਸਾਡੇ ਨਾਲ ਕੀਤਾ, ਅਸੀਂ ਆਪਣੇ ਜਿਸਮ 'ਤੇ ਵੀ ਹੰਡਾਇਆ, ਮਾਨਸਿਕ ਤੌਰ ਮਾਨਸਿਕ ਪੀੜਾ ਵੀ ਝੱਲੀ ਆ, ਲੇਕਿਨ ਹੁਣ ਅਸੀਂ ਇਸ ਤੋਂ ਜ਼ਿਆਦਾ ਮਾਨਸਿਕ ਪੀੜਾ ਨਹੀਂ ਝੱਲ ਸਕਦੇ। ਜਲੰਧਰ 'ਚ ਦੋ ਪਰਿਵਾਰਾਂ ਦਾ ਸਿੱਕਾ ਚੱਲਦਾ ਸੀਗਾ, ਸੰਤੋਖ ਚੌਧਰੀ, ਉਹ ਪਹਿਲਾਂ ਹੀ ਭਾਜਪਾ ਦੇ ਹੋ ਚੁੱਕੇ ਨੇ, ਦੂਸਰਾ ਸੀ ਮਹਿੰਦਰ ਸਿੰਘ ਕੇਪੀ ਹੋਣਾ ਦਾ ਪਰਿਵਾਰ, ਕੀ ਗੱਲ ਉਹਨਾਂ ਨੂੰ ਸਿੱਕਾ ਨਜ਼ਰ ਨਹੀਂ ਆਇਆ ਜਾਂ ਤੁਸੀਂ ਬੈਕਫੁੱਟ ਹੋਏ? ਨਹੀਂ, ਅਸੀਂ ਕਿਉਂ ਬੈਕਫੁੱਟ ਹੋਏ, ਅਸੀਂ ਤਾਂ ਅੱਜ ਵੀ ਉੱਥੇ ਖੜੇ ਹਾਂ। ਬੈਕਫੁੱਟ ਤੇ ਕਾਂਗਰਸ ਪਾਰਟੀ ਹੋਈ ਹੈ ਨਾ, ਜਲੰਧਰ ਦੇ ਵਿੱਚ ਅਸੀਂ ਬੈਠੇ ਹਾਂ, ਦੋ ਪਰਿਵਾਰ ਬੈਠੇ ਹਾਂ, ਤੇ ਜੇ ਦੋਨਾਂ ਪਰਿਵਾਰਾਂ ਨੂੰ ਤੁਸੀਂ ਨਹੀਂ ਕਿਤੇ ਐਡਜਸਟ ਕਰਨਾ ਤੇ ਮੈਨੂੰ ਦੇਖੋ, ਮੈਂ 2009 ਤੋਂ 2014 ਤੱਕ ਜਿੱਤਿਆ MPC ਜਲੰਧਰ ਤੋਂ, ਮੈਨੂੰ ਜਿੱਤੇ ਨੂੰ ਹੁਸ਼ਿਆਰਪੁਰ ਭੇਜਿਆ, ਮੈਂ ਤਸਲੀਮ ਕਰ ਲਿਆ, ਮੈਂ ਚਲੇ ਗਿਆ ਹੁਸ਼ਿਆਰਪੁਰ। ਮੈਨੂੰ 17 ਦੇ ਵਿੱਚ ਆਦਮਪੁਰ ਭੇਜ ਦਿੱਤਾ, ਮੈਂ ਉੱਥੇ ਆਦਮਪੁਰ ਚਲੇ ਗਿਆ। ਮੈਨੂੰ 2022 ਦੇ ਵਿੱਚ ਮੇਰੀ ਟਿਕਟ ਜਿਹੜੀ ਆ 3:45 ਮੇਰੀ ਟਿਕਟ ਜਿਹੜੀ ਆ ਉਹ ਕੱਟ ਦਿੱਤੀ, ਮੇਰੇ ਅੱਗਿਓਂ ਚੱਕ ਕੇ ਲੈ ਗਏ। ਜਦੋਂ ਉਹ ਮੇਰੇ ਨਾਲ ਕੰਮ ਹੋਇਆ ਉਹ ਮੈਂ ਨਹੀਂ ਹੁਣ ਬਰਦਾਸ਼ਤ ਕਰ ਸਕਿਆ, ਉਸ ਵੇਲੇ ਟਾਈਮ ਨਹੀਂ ਸੀ ਕਿਉਂਕਿ 3 ਵੱਜ ਚੁੱਕੇ ਸੀ ਕੋਈ, ਔਰ ਹਮੇਸ਼ਾ ਹੀ ਜਿਹੜਾ ਫੈਸਲਾ ਹੁੰਦਾ ਉਹ ਜਨਰਲ ਇਲੈਕਸ਼ਨ ਦੇ ਉੱਤੇ ਲਿਆ ਜਾਂਦਾ, ਅਸੀਂ ਅੱਜ ਫੈਸਲਾ ਲੈ ਲਿਆ। ਅੱਛਾ, ਕੋਈ ਡਿਮਾਂਡ ਰੱਖੀ ਸੀ ਅਕਾਲੀ ਦਲ ਨੇ ਜਾਂ ਸੁਖਬੀਰ ਬਾਦਲ ਹੋਣਾ ਨੇ ਅਪਰੋਚ ਕੀਤੀ ਆ
ਤੁਹਾਨੂੰ ਟਿਕਟ ਦੀ ਗੱਲ ਵੀ ਲਗਾਤਾਰ ਚੱਲਦੀ, ਕਿਉਂਕਿ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਚੱਲਦੀ ਹੈ ਸਰ? ਨਹੀਂ, ਕੋਈ ਡਿਮਾਂਡ ਨਹੀਂ ਕਿ ਉਹਨਾਂ ਮੇਰੀ ਕੀ ਡਿਮਾਂਡ ਹੋ ਸਕਦੀ ਹੈ, ਉਹਨਾਂ ਦੀ ਕੀ ਡਿਮਾਂਡ ਹੋ ਸਕਦੀ ਹੈ, ਠੀਕ ਹੈ ਨਾ ਜੀ। ਇਸ ਕਰਕੇ ਸਾਡਾ ਤਾਂ ਇੱਕ ਵਿਚਾਰਧਾਰਕ ਜਿਹੜੀ ਜੁੜਾਵ ਉਹਨਾਂ ਨਾਲ ਹੋਇਆ, ਕਾਂਗਰਸ ਨਾਲ ਮਨਮੁਟਾਵ ਹੋਇਆ, ਕਿਉਂਕਿ ਕਾਂਗਰਸ ਨੇ ਆਪਣੀਆਂ ਜਿਹੜੀਆਂ ਪੋਲਿਸੀਜ਼ ਆ, ਪ੍ਰਕਿਰਿਆ ਜਿਹੜੀ ਆ ਉਹ ਠੀਕ ਨਹੀਂ ਰੱਖੀ, ਇਸ ਕਰਕੇ ਮੈਂ ਅਕਾਲੀ ਦਲ ਨਾਲ ਜੁੜ ਜਾਣਾ। ਅਤੇ ਜੇ ਪਾਰਟੀ ਟਿਕਟ ਦਿੰਦੀ ਅਕਾਲੀ ਦਲ ਤੋਂ? ਉਹ ਤਾਂ ਪਾਰਟੀ ਨੇ ਫੈਸਲਾ ਕਰਨਾ ਨਾ, ਮੈਂ ਤਾਂ ਹੁਣ ਸਮਰਪਣ ਕਰ ਦਿੱਤਾ ਉਹਨਾਂ ਨੇ, ਉਹਨਾਂ ਦੀ ਆਪਣੀ ਪਾਰਟੀ ਦੀ ਪ੍ਰਕਿਰਿਆ ਆ, ਚੋਣ ਪ੍ਰਕਿਰਿਆ, ਉਹਨਾਂ ਦੀ ਕਮੇਟੀ ਹੈ, ਜੋ ਵੀ ਕੋਰ ਕਮੇਟੀ ਆ ਉਹਨਾਂ ਦੀ। ਮੋਰੇ ਰਿਸ਼ਤੇਦਾਰੀ ਵੀ ਹੈਗੀ? ਨਹੀਂ, ਹੁਣ ਮੈਂ ਜੇ ਅਕਾਲੀ ਦਲ ਜੁਆਇਨ ਕਰ ਗਿਆ ਤਾਂ ਰਿਸ਼ਤੇਦਾਰੀ 'ਚ ਕੀ ਫਰਕ ਪਏਗਾ ਜੀ? ਰਿਸ਼ਤੇਦਾਰੀ ਤਾਂ ਰਿਸ਼ਤੇਦਾਰੀ ਹੈ ਨਾ, ਟੱਕਰ ਦੇਵੋਗੇ? ਨਹੀਂ, ਇਹ ਤਾਂ ਹੁਣ ਪਾਰਟੀ ਨੇ, ਮੈਂ ਜਿਵੇਂ ਕਿਹਾ ਪਾਰਟੀ ਨੇ ਫੈਸਲਾ ਕਰਨਾ, ਜੇ ਲੜਾਉਣਗੇ ਲੜ ਲਾਂਗੇ, ਨਹੀਂ ਲੜਾਉਣਗੇ ਨਹੀਂ ਲੜਾਂਗੇ। ਸੋ ਧੰਨਵਾਦ ਗੱਲਬਾਤ ਕਰਨ ਲਈ। ਤੇ ਕੁਝ ਹੀ ਸਮੇਂ ਬਾਅਦ ਸੁਖਬੀਰ ਸਿੰਘ ਬਾਦਲ ਆਣਗੇ ਔਰ ਮਹਿੰਦਰ ਸਿੰਘ ਜੇਪੀ ਕਾਂਗਰਸ ਦਾ ਪੱਲਾ ਛੁਡਾ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਣਗੇ। ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰਿੰਦਰ ਕੰਬੋਜ, ਦੈਨਿਕ ਸਵੇਰਾ ਟੀਵੀ, ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।